ਅਸੀਂ ਅੱਜ ਛੋਲੇ ਪੂੜੀ ਦਾ ਲੰਗਰ ਨਾਲ ਨਾਲ ਗਰਮ ਗਰਮ ਛਕਾ ਰਹੇ ਹਾਂ। ਬਾਕੀ ਪਿੰਡਾਂ 'ਚ ਵੀ ਜਿੱਦਾਂ ਸੰਗਤਾਂ ਬੀਬੀਆਂ ਲੰਗਰ ਤਿਆਰ ਕਰ ਰਹੀਆਂ, ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਲੰਗਰ ਬਣ ਰਿਹਾ। ਹੁਣ ਝੋਨਿਆਂ ਸੀਜਨ ਮੋਹਰੇ ਆਉਣਾ, ਜੇ ਸਾਡੇ ਤੋਂ ਗੰਨੇ ਦੇ ਪੈਸੇ ਨਾ ਲੈ ਰਹੇ ਹੋਏ ਤਾਂ ਸਾਡਾ ਝੋਨਾ ਵੀ ਨਹੀਂ ਵਿਕਣਾ। ਇਸ ਕਰਕੇ ਸਾਨੂੰ ਇਕੱਠੇ ਹੋ ਕੇ ਇਹ ਨਾ ਦੇਖੀਏ ਵੀ ਮੈਂ ਝੋਨਾ ਨਹੀਂ ਬੀਜਦਾ, ਮੈਂ ਕਣਕ ਨਹੀਂ ਬੀਜਦਾ, ਇਹ ਗੱਲਾਂ ਨਹੀਂ, ਇਹ ਕਿਸਾਨਾਂ ਦੀ ਗੱਲ ਹੈ। ਇਹ ਵੀ ਸਾਡੇ ਭਰਾ ਆ, ਅਸੀਂ ਜਿੰਨਾ ਚਿਰ ਵੀ ਮੋਰਚਾ ਲੱਗੂ ਅਸੀਂ ਇਹਨਾਂ ਦੇ ਨਾਲ ਆ। 5 ਦਿਨ ਹੋ ਗਏ ਸਾਨੂੰ ਇੱਥੇ ਸੇਵਾ ਕਰਦਿਆਂ ਨੂੰ, ਅੱਜ 5ਵਾਂ ਦਿਨ ਹੈ ਜਿਹੜੀ ਅੱਜ ਦੇ ਲੰਗਰ ਦੀ ਛੋਲੇ ਪੂੜੀਆਂ ਦੀ ਸੇਵਾ ਆ। ਇਹ ਕੁੱਕੜ ਪਿੰਡ ਦੀ ਸੰਗਤ ਤੇ NRI ਵੀਰਾਂ ਦੇ ਸਹਿਯੋਗ ਦੇ ਨਾਲ ਸ਼ਾਮ ਤੱਕ ਚੱਲੂਗੀ। ਫਗਵਾੜੇ ਦੇ ਵਿੱਚ ਅੱਜ ਕਿਸਾਨਾਂ ਵੱਲੋਂ 5ਵੇਂ ਦਿਨ ਜਿਹੜਾ ਪ੍ਰੋਟੈਸਟ ਜਾਰੀ ਹੈ, ਗੰਨੇ ਦੇ ਬਕਾਇਆ ਰਾਸ਼ਨ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਜਿਵੇਂ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਉਸੇ ਤਸਵੀਰ ਜਿਹੜੀ ਹੈ ਪੇਸ਼ ਕਰਦੇ ਆ। ਕਿਸਾਨਾਂ ਵੱਲੋਂ ਜਿਹੜੇ ਲਗਾਤਾਰ ਲੰਗਰ ਦੀ ਸੇਵਾ ਜਾਰੀ ਹੈ, ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਮੇਰੇ ਨਾਲ ਕਿਸਾਨ ਵੀਰ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਸੁਖਵੀਰ ਸਿੰਘ, ਕੁੱਕੜ ਪਿੰਡ ਸਰਕਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਲੰਧਰ ਪਿੰਡ। ਸਰ, ਕੁੱਕੜ ਪਿੰਡ ਤੋਂ ਤੁਸੀਂ ਅੱਜ ਲੰਗਰ ਦੀ ਸੇਵਾ ਤੁਹਾਡੇ ਵੱਲੋਂ ਨਿਭਾਈ ਜਾ? ਹਾਂਜੀ ਜੀ, ਕੁੱਕੜ ਪਿੰਡ ਦੇ ਸੰਗਤਾਂ ਵੱਲੋਂ ਲਗਾਤਾਰ ਦਿੱਲੀ ਵੀ ਅਸੀਂ 1.5 ਸਾਲ ਜਿੰਨਾ ਚਿਰ ਇੱਕ ਸਾਲ ਜਾਣੀ ਜਿੰਨਾ ਸਵਾ ਸਾਲ ਜਿੰਨਾ ਚਿਰ ਉੱਥੇ ਚੱਲਿਆ ਸੀ, ਕੌਫੀ ਦੇ ਲੰਗਰ ਦੀ ਨਿਰੰਤਰ ਸੇਵਾ ਚੱਲੀ ਆ ਜਦੋਂ ਦੇ। ਹੁਣ ਮਤਲਬ 5 ਦਿਨ ਹੋ ਗਏ ਸਾਨੂੰ ਇੱਥੇ ਸੇਵਾ ਕਰਦਿਆਂ ਨੂੰ, ਅੱਜ 5ਵਾਂ ਦਿਨ ਹੈ ਜਿਹੜੀ ਅੱਜ ਦੇ ਲੰਗਰ ਦੀ ਛੋਲੇ ਪੂੜੀਆਂ ਦੀ ਸੇਵਾ ਆ। ਇਹ ਕੁੱਕੜ ਪਿੰਡ ਦੀ ਸੰਗਤ ਤੇ NRI ਵੀਰਾਂ ਦੇ ਸਹਿਯੋਗ ਦੇ ਨਾਲ ਸ਼ਾਮ ਤੱਕ ਚੱਲੂਗੀ। ਇਹ ਅੰਦੋਲਨ ਅੱਗੇ ਵੱਧਦਾ ਤਾਂ ਅਸੀਂ ਲਗਾਤਾਰ ਡਟੇ ਰਹਾਂਗੇ। ਸਰ, ਜਿਹੜੀ ਡਿਊਟੀਆਂ ਹੈ ਤੁਹਾਡੀਆਂ, ਜਥੇਬੰਦੀਆਂ ਲਗਾਉਂਦੀਆਂ ਨੇ ਜਾਂ ਆਪ ਆਪਣੇ ਵੱਲੋਂ ਤੁਸੀਂ ਡਿਊਟੀ? ਨਹੀਂ ਦੇਖੋ, ਜਥੇਬੰਦੀਆਂ ਵੀ ਲਾਉਂਦੀ ਆ, ਅਸੀਂ ਜਥੇਬੰਦੀ ਨਾਲ ਵੀ ਜੁੜੇ ਹਾਂ। ਪਰ ਜਿਹੜੀ ਸੇਵਾ ਆ ਇਹ ਅਸੀਂ ਸੇਵਾ ਭਾਵਨਾ ਕਰਦੇ ਆ ਭਾਰਤੀ ਕਿਸਾਨ ਜੀ ਉਹਦੀਆਂ ਦੁਆਬਾ ਦੇ ਸਹਿਯੋਗ ਨਾਲ। ਜਿੰਨੇ ਵੀ ਸਾਡੇ ਏਰੀਏ ਦੇ ਪਿੰਡ ਆ ਅਸੀਂ ਸਰਕਲ ਵਾਈ ਡਿਊਟੀਆਂ ਲੱਗੀਆਂ ਆ, ਜਿੱਦਾਂ ਹਰੇਕ ਪਿੰਡ ਦੀ ਜਿੱਦਾਂ 5ਵਾਂ ਦਿਨ ਆ, ਅੱਜ ਸਾਡੀ ਵਾਰੀ ਸੀ, ਅਸੀਂ NRI ਵੀਰਾਂ ਦੇ ਸਹਿਯੋਗ ਨਾਲ ਜਿੱਦਾਂ ਹੁਣ ਜਿੱਦਣ ਵੀ ਸਾਡੀ ਵਾਰੀ ਆਊਗੀ ਅਸੀਂ ਡਟੇ ਰਵਾਂਗੇ। ਤਾਂ ਜਿੰਨਾ ਚਿਰ ਸਾਡਾ 72 ਕਰੋੜ ਰੁਪਇਆ ਨਹੀਂ ਮਿਲਦਾ ਅਸੀਂ ਧਰਨਾ ਵੀ ਨਹੀਂ ਚੱਕਣਾ ਤੇ ਜਿਹੜੀ ਮਹਿਲ ਆ ਉਹ ਵੀ ਚਲਾਵਾਂਗੇ। ਸਰ, ਜਿਵੇਂ ਆਪਾਂ ਦੇਖ ਰਹੇ ਹਾਂ ਕਿਸਾਨ ਵੀਰ ਤਾਂ ਇੱਥੇ ਪਹੁੰਚ ਹੀ ਰਹੇ ਨੇ, ਅੰਨਦਾਤਾ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਆਲੇ ਦੁਆਲੇ ਦੀ ਸੰਗਤ ਵੀ ਜਿਹੜੀ ਆਪਣਾ ਢਿੱਡ ਭਰਦੀ ਹੋਈ ਨਜ਼ਰ ਆ ਰਹੀ ਹੈ। ਦੇਖੋ ਜੀ, ਸਾਨੂੰ ਗੁਰੂ ਸਾਹਿਬ ਦਾ ਫਲਸਫਾ ਸਾਡਾ, ਅਸੀਂ ਤਾਂ ਭੁੱਖਿਆਂ ਨੂੰ ਲੰਗਰ ਛਕਾਉਣਾ। ਦੇਖੋ ਦਿੱਲੀ ਅਸੀਂ ਸਾਡੇ ਬੰਦੇ ਥੋੜੇ ਛਕਦੇ ਸੀ, ਆਲੇ ਦੁਆਲੇ ਫੈਕਟਰੀਆਂ ਵਾਲੇ ਜਿੰਨੇ ਵੀ ਸੀਗੇ, ਪ੍ਰਵਾਸੀ ਵੀਰ ਸੀਗੇ, ਪ੍ਰਵਾਸੀ ਜਿੰਨੇ ਵੀ ਸੀਗੇ, ਅਸੀਂ ਕਿਸੇ ਅਸੀਂ ਇਹ ਨਹੀਂ ਦੇਖੀਦਾ ਵੀ ਕੌਣ ਆ, ਅਸੀਂ ਸਾਡਾ ਸਾਨੂੰ ਸਾਡੀ ਸੇਵਾ ਕਰਨ ਦਾ ਫਰਜ਼ ਆ। ਅਸੀਂ ਇੱਥੇ ਵੀ ਨਹੀਂ ਦੇਖਦੇ ਵੀ ਇਹ ਬੰਦਾ ਕੌਣ ਆ, ਸਾਨੂੰ ਤਾਂ ਗੁਰੂ ਸਾਹਿਬ ਨੇ ਜਿਹੜਾ ਗੁਰੂ ਸਾਹਿਬ ਦਾ ਫਲਸਫਾ ਆ ਅਸੀਂ ਇਹੀ ਕਰਦੇ ਵੀ ਸਾਡੇ ਜਿਹੜੇ ਕਿਸਾਨਾਂ ਵੀਰਾਂ ਦਾ ਏਕਾ ਬਣਿਆ ਰਹੇ, ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨ ਤੇ ਸਾਡੀ ਸੇਵਾ ਭਾਵਨਾ ਬਣੀ ਰਹੇ। ਸਰ, ਜਿਵੇਂ ਅਸੀਂ ਦੇਖ ਰਹੇ ਹਾਂ ਅਟੁੱਟ ਲੰਗਰ ਵਰਤਾਇਆ ਜਾ ਰਿਹਾ, ਫਿਰ ਕਿਸ ਹਿਸਾਬ ਨਾਲ ਲੰਗਰ ਤਿਆਰ ਕੀਤਾ ਜਾਂਦਾ? ਫਿਰ ਦੇਖੋ ਜੀ, ਹਲਵਾਈ ਲਾਇਆ ਹੋਇਆ ਅਸੀਂ ਇੱਥੇ, ਜੇ ਪਿੰਡਾਂ 'ਚ ਜਿੱਦਾਂ ਹੁਣ ਪਿੰਡ ਵਾਈ ਡਿਊਟੀਆਂ ਆ, ਅਸੀਂ ਅੱਜ ਛੋਲੇ ਪੂੜੀ ਦਾ ਲੰਗਰ ਨਾਲ ਨਾਲ ਗਰਮ ਗਰਮ ਛਕਾ ਰਹੇ ਹਾਂ। ਬਾਕੀ ਪਿੰਡਾਂ 'ਚ ਵੀ ਜਿੱਦਾਂ ਸੰਗਤਾਂ ਬੀਬੀਆਂ ਲੰਗਰ ਤਿਆਰ ਕਰ ਰਹੀਆਂ, ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਲੰਗਰ ਬਣ ਰਿਹਾ ਆ। ਮਤਲਬ ਜਿੱਦਾਂ ਜਿੱਦਾਂ ਲੋੜ ਹੋਊਗੀ, ਜਿੰਨੀ ਸਾਨੂੰ ਲੋੜ ਆ, ਅੱਜ ਸਾਨੂੰ ਮਤਲਬ ਜਿੰਨਾ ਅਸੀਂ ਸੋਚਿਆ ਸੀ ਉਹ ਤੋਂ ਵੱਧ ਸੰਗਤ ਆ ਗਈ ਆ, ਦੁੱਗਣੀ ਸੰਗਤ ਹੋ ਗਈ ਆ। ਸੰਗਤਾਂ ਦਾ ਬਹੁਤ ਜ਼ਿਆਦਾ, ਦੇਖੋ ਸਾਡੇ ਕੰਮਾਂ ਕਾਰਾਂ ਦੇ ਦਿਨ ਆ, ਝੋਨੇ ਦਾ ਸੀਜ਼ਨ ਚੱਲ ਰਿਹਾ, ਪਰ ਦੇਖੋ ਕਿੰਨੀ ਸਰਕਾਰਾਂ ਦੀ ਮਾੜੀ ਖੋੜ ਆ। ਅਸੀਂ ਪਿਛਲੀਆਂ ਸਰਕਾਰਾਂ ਨੂੰ ਕੋਸਦੇ ਸੀ, ਭਗਵੰਤ ਮਾਨ ਕਹਿੰਦਾ ਵੀ ਜਦੋਂ ਅਸੀਂ ਆ ਗਏ ਧਰਨਾ ਨਹੀਂ ਲੱਗੂ, ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ। ਦੇਖ ਲਓ 5ਵਾਂ ਦਿਨ ਹੋ ਗਿਆ, ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਆਇਆ, ਆ ਵਿਚਾਰੇ ਅਫਸਰ ਆ ਇਹ ਇੱਥੇ ਬੈਠੇ ਆ, ਇਹਨਾਂ ਦੇ ਪੱਲੇ ਵਿਚਾਰਿਆਂ ਦੇ ਕੀ ਆ? ਇਧਰੋਂ ਕਿਸਾਨਾਂ ਤੋਂ ਡਰਦੇ ਵਿਚਾਰੇ ਜਾਂਦੇ ਆ, ਉਧਰੋਂ ਸਰਕਾਰ ਨੂੰ ਦੱਬ ਰਹੀ ਆ। ਅਸੀਂ ਇਹ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ, ਇਹ ਕਿਹੜਾ ਕੋਈ ਭੀਖ ਆ, ਸਾਡੀ ਮਿਹਨਤ ਦੀ ਕਮਾਈ ਆ। ਦੇਖੋ ਅਸੀਂ ਵਿਆਹ ਵੀ ਕਰਨੇ, ਸਾਰਾ ਕੁਝ ਕਰਨੇ, ਕਿਸਾਨ ਦੇਖੋ ਜੀ ਕੋਈ ਮਜ਼ਦੂਰ ਵੀ ਦਿਹਾੜੀ ਕਰਦਾ, ਉਹ ਦੂਏ ਦਿਨ ਹੀ ਸਾਡੇ ਤੋਂ ਪੈਸਾ ਮੰਗਣ ਆਉਂਦਾ, ਕੋਈ ਨਹੀਂ ਆਧਾਰ ਕਰਦਾ ਸਾਡੇ ਨਾਲ। ਪਰ ਇੱਕ ਕਿਸਾਨ ਹੀ ਆ, ਦੇਖੋ ਕਿੰਨਾ ਸਬਰ ਆ, ਸਾਨੂੰ ਫਸਲ ਵੀ ਨਹੀਂ, ਅਸੀਂ ਫੇਰ ਗਾਂ ਕਰਨਾ ਬੀਜਿਆ। ਅਸੀਂ ਸਰਕਾਰ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਹਾਂ ਵੀ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਾਡੇ ਕਿਸਾਨਾਂ ਦੀ ਜਿੰਨੀ ਪੇਮੈਂਟ ਆ ਉਹ ਸਾਡੇ ਖਾਤਿਆਂ ਵਿੱਚ ਪਾਵੇ ਤਾਂ ਅਸੀਂ ਘਰਾਂ ਨੂੰ ਜਾਈਏ। ਸਰ, ਕਿੰਨਾ ਸਮਾਂ ਲੰਗਰ ਜਿਹੜਾ ਇੱਥੇ ਵਰਤਾਇਆ ਜਾਂਦਾ? ਹਾਂਜੀ, ਲੰਗਰ ਕਿੰਨਾ ਸਮਾਂ ਵਰਤਾਇਆ? ਲੰਗਰ ਜਿੰਨਾ ਚਿਰ ਜੀ, ਦੇਖੋ ਰਾਤ ਨੂੰ ਵੀ ਜਿਹੜੇ ਸਾਡੇ ਬੁਲਾਂਟੇ ਹੁੰਦੇ ਆ ਲੰਗਰ, ਮਤਲਬ ਜਦੋਂ ਸਾਨੂੰ ਲੋੜ ਆ ਹੁਣ ਹੀ ਚਲਾਈ ਜਾਣਾ, ਰਾਤ ਨੂੰ ਵੀ ਚਲਾਈ ਜਾ, ਜਦੋਂ ਕਿਸੇ ਨੂੰ ਵੀ ਲੋੜ ਆ, ਚਾਹੇ ਤੜਕੇ ਕਿਉਂ ਆਉਂਦਾ, ਲੰਗਰ ਦੀ ਹਰ ਲੰਗਰ ਤੇ ਚਾਹ ਦੀ ਸੇਵਾ ਲਗਾਤਾਰ ਚੱਲ ਰਹੀ ਆ ਔਰ ਚੱਲੀ ਜਾਣੀ ਆ। ਹਾਂਜੀ ਸਰ, ਜੇ ਤੁਹਾਡੇ ਪਿੰਡ ਕੁੱਕੜ ਪਿੰਡ ਦੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਤੋਂ ਕਿੰਨੇ ਸਾਥੀ ਇੱਥੇ ਪਹੁੰਚੇ ਨੇ, ਕਿੰਨਿਆਂ ਦੇ ਬਕਾਇਆ ਜਿਹੜਾ ਇੱਥੇ ਫਸਿਆ ਹੋਇਆ? ਦੇਖੋ, ਜਿੰਨੇ ਸੇਵਾਦਾਰ ਆ ਘੱਟੋ ਘੱਟ 30 ਜਣੇ ਆ, ਮਤਲਬ ਡਿਊਟੀਆਂ ਲੱਗੀਆਂ ਆ ਸਾਡਾ ਤਾਂ, ਜਾਣੀ ਕੁੱਕੜ ਪਿੰਡ ਦਿੱਲੀ ਮੋਰਚੇ ਤੇ ਵੀ ਅਸੀਂ ਲਗਾਤਾਰ ਡਟ ਰਹੇ ਆ। ਜਿੰਨੇ NRI ਵੀਰ ਆ ਉਹ ਸਾਨੂੰ ਸਪੋਰਟ ਕਰਦੇ ਆ ਤੇ ਅਸੀਂ ਜਿੰਨੇ ਪਿੰਡ ਵਾਸੀ ਆ, ਸਾਡੇ ਨੌਜਵਾਨ ਵੀਰ ਆ, ਅਸੀਂ ਡਿਊਟੀ ਬਾਈ, ਸਾਡੀ ਅੱਜ ਰਾਤ ਦੀ ਵੀ ਡਿਊਟੀ ਆ, ਰਾਤ ਨੂੰ ਵੱਖਰੇ ਨੌਜਵਾਨ ਨੇ ਆਉਣਾ ਦਿਨੇ, ਅਸੀਂ ਜਿੱਦਾਂ ਮਤਲਬ ਸਾਨੂੰ ਸੂਰ ਨੌਜਵਾਨਾਂ ਦੀ ਪੂਰੀ ਸਪੋਰਟ ਆ। ਉਹ ਕਹਿੰਦੇ ਜਿੰਨਾ ਚਿਰ ਵੀ ਧਰਨਾ ਚੱਲੂਗਾ ਆਪਾਂ ਸਰਕਲ ਵਾਈਜ ਡਿਊਟੀਆਂ ਲਾ ਕੇ ਸਾਰੇ ਜਾਣੇ ਜਾਵਾਂ। ਸਰ, ਤੁਹਾਡੇ ਪਿੰਡ ਦੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਪੈਸੇ ਇੱਥੇ ਬਕਾਇਆ ਫਸਿਆ ਹੋਇਆ? ਸਰ, ਇਹ ਵੀ ਤੁਹਾਨੂੰ ਹੁਣ ਦੱਸਦੇ ਹਾਂ, ਅਸੀਂ ਕਮਾਦੀ ਨਹੀਂ ਬੀਜਦੇ ਜੀ, ਅਸੀਂ ਕਮਾਦੀ ਬਿਲਕੁਲ
ਕਿਸਾਨਾਂ ਦੀ ਗੱਲ ਹੈ ਇਹ ਵੀ ਸਾਡੇ ਭਰਾ ਆ ਅਸੀਂ ਜਿੰਨਾ ਚਿਰ ਵੀ ਮੋਰਚਾ ਲੱਗੂਗਾ ਅਸੀਂ ਇਹਨਾਂ ਦੇ ਨਾਲ ਆਂ ਜੀ ਜਿਵੇਂ ਤੁਸੀਂ ਦੇਖਿਆ ਕਿ ਕੁੱਕੜ ਪਿੰਡ ਤੋਂ ਜਿਹੜੇ ਮੇਰੇ ਨਾਲ ਮੌਜੂਦ ਸੀਗੇ ਕਿਸਾਨ ਵੀਰ ਜਿਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਪਿੰਡ ਦੇ ਵਿੱਚ ਝੋਨਾ ਨਹੀਂ ਉਹਨਾਂ ਦੇ ਪਿੰਡ ਦੇ ਵਿੱਚ ਗੰਨਾ ਨਹੀਂ ਵੇਚਿਆ ਜਾਂਦਾ ਪਰ ਫਿਰ ਵੀ ਉਹ ਕਿਸਾਨ ਵੀਰਾਂ ਦਾ ਸਾਥ ਦੇਣ ਲਈ ਇੱਥੇ ਪਹੁੰਚੇ ਨੇ ਤੇ ਤਸਵੀਰਾਂ ਅਸੀਂ ਤੁਹਾਨੂੰ ਲੰਗਰ ਦੀਆਂ ਦਿਖਾ ਰਹੇ ਹਾਂ ਕਿ ਕਿਵੇਂ ਅਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਸਭ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਲੰਗਰ ਦੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਬਜ਼ੀ ਤਿਆਰ ਕੀਤੀ ਜਾ ਰਹੀ ਹੈ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਤੇ ਅਟੁੱਟ ਲੰਗਰ ਜਿਹੜਾ ਇੱਥੇ ਵਰਤਾਇਆ ਜਾ ਰਿਹਾ ਹੈ ਕੈਮਰਾ ਪਰਸਨ ਵਿਜੇ ਦੇ ਨਾਲ ਅੰਸ਼ ਚੱਡਾ ਪੰਜਾਬ।